ਕਰੀਬ 1 ਵਜੇ ਆਪਣੇ ਇੱਥੇ ਬਾਹਰ ਚੇਅਰ ਉਡਾ ਕੇ ਅਤੇ ਮੈਂ ਬੈਠਾ ਦਾ ਸੀਗਾ ਅਤੇ ਮੈਂ ਫੋਨ ਦੇਖ ਰਿਹਾ ਸੀਗਾ ਅਤੇ ਇੱਧਰੋਂ ਇੱਕ ਨੌਜਵਾਨ ਮੁੰਡਾ ਆਇਆ ਵਾ, ਉਹਨੇ ਮੇਰਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਆ ਅਤੇ ਰੱਬ ਦਾ ਸ਼ੁਕਰ ਆ ਕਿ ਫੋਨ ਮੈਂ ਧਿਆਨ ਨਾਲ ਮਜ਼ਬੂਤੀ ਨਾਲ ਫੜਿਆ ਸੀਗਾ ਅਤੇ ਉਹਦੇ ਹੱਥ ਨਹੀਂ ਲੱਗਾ ਅਤੇ ਉਹਦਾ ਮੈਂ ਪਿੱਛਾ ਕੀਤਾ ਜੀ। ਜਦ ਮੈਂ ਪਿੱਛਾ ਕੀਤਾ, ਦੋ ਅੱਗੇ ਮੋਟਰਸਾਈਕਲ 'ਤੇ ਉਹਦੇ ਹੀ ਸਾਥੀ ਸੀਗੇ। ਮੈਂ ਉਹਨਾਂ ਨੂੰ ਕਹੀ ਜਾਂਦਾ ਕਿ ਆਹ ਫੜਿਓ ਫੜਿਓ, ਚੋਰ ਆ ਚੋਰ ਆ, ਪਰ ਜਦੋਂ ਉਹ ਲੱਗ ਗਏ ਤਾਂ ਉਹਨੂੰ ਫਟਾਫਟ ਮੋਟਰਸਾਈਕਲ 'ਤੇ ਭਾਲ ਕੇ ਲੈ ਗਏ ਆ। ਹਾਂਜੀ, ਫੋਨ ਬਚ ਗਿਆ ਜੀ, ਫੋਨ ਖੋਇਆ ਨਹੀਂ ਆ। ਅਤੇ ਇਹਦੇ ਸੰਬੰਧ 'ਚ ਮੈਂ ਆਪਣੇ SHO ਧਾਰੀਵਾਲ ਸਰਦਾਰ ਸਰਬਜੀਤ ਸਿੰਘ ਉਹਨਾਂ ਨੂੰ ਮੈਂ ਫੋਨ ਕਰਤਾ ਸੀਗਾ, ਉਹਨਾਂ ਨੇ ਉਸੇ ਵੇਲੇ ਆਪਣੀ ਪੁਲਿਸ ਪਾਰਟੀ ਟੀਮ ਭੇਜੀ ਅਤੇ ਉਹ ਜਿਹੜੇ CCTV ਕੈਮਰੇ ਖੰਘਾ ਰਹੇ ਆ। ਅਤੇ ਮੈਂ ਵੀ ਤੁਹਾਨੂੰ ਜਿਹੜੀ CCTV ਕੈਮਰੇ ਦੀ ਫੁਟੇਜ ਆ ਤੁਹਾਨੂੰ ਮੈਂ ਦੇ ਦਿੱਤੀ ਆ ਵੀ ਕਿਸ ਤਰ੍ਹਾਂ ਉਹ ਮੇਰੇ ਫੋਨ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਆ ਅਤੇ ਕਿਸ ਤਰ੍ਹਾਂ ਉਹ ਭੱਜਿਆ ਵਾ, ਜੋ ਜਿੰਨੀ ਕੁ ਨਿਕਲੀ CCTV ਫੁਟੇਜ ਉਹ ਮੈਂ ਦੇ ਦਿੱਤੀ ਆ ਜੀ। ਮੰਗ ਮੈਂ ਇਹੋ ਹੀ ਕਰਦਾ ਜੀ, ਧਾਰੀਵਾਲ 'ਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਲੁੱਟ ਖੋਹ ਅਤੇ ਝਪਟ ਮਾਰ ਦੀਆਂ ਘਟਨਾਵਾਂ ਹੋ ਰਹੀਆਂ ਵਾ ਅਤੇ ਇਹਨਾਂ 'ਤੇ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਵਰਤਣੀ ਚਾਹੀਦੀ ਆ, ਕਿਉਂਕਿ ਲੋਕ ਜਿਹੜੇ ਆ ਆਪਣੇ ਆਪ ਨੂੰ ਮਤਲਬ ਵੀ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਅਤੇ ਸਹਿਮਿਆ ਮਹਿਸੂਸ ਕਰ ਰਹੇ ਆ, ਨਿਕਲਣਾ ਬੜਾ ਔਖਾ ਜੇ ਬਾਹਰ। ਮੈਂ ਮਾਨਯੋਗ SSP ਕੋਲ ਵੀ ਇਹੋ ਹੀ ਮੰਗ ਕਰਦਾ ਜੀ ਕਿ ਇਹ ਜਿਹੜੇ ਆ ਇੱਦਾਂ ਦੇ ਜਿਹੜੇ ਮਾੜੇ ਅੰਸਰ ਆ ਇਹਨਾਂ ਤੋਂ ਸਖਤੀ ਨਾਲ ਨਜਿੱਠਿਆ ਜਾਵੇ ਅਤੇ ਇਹਨਾਂ 'ਤੇ ਕਾਰਵਾਈ ਕੀਤੀ। ਕਰੀਬ 1 ਵਜੇ ਆਪਣੇ ਇੱਥੇ ਬਾਹਰ ਚੇਅਰ ਉਡਾ ਕੇ ਅਤੇ ਮੈਂ ਬੈਠਾ ਦਾ ਸੀਗਾ ਅਤੇ ਮੈਂ ਫੋਨ ਦੇਖ ਰਿਹਾ ਸੀਗਾ ਅਤੇ ਇੱਧਰੋਂ ਇੱਕ ਨੌਜਵਾਨ ਮੁੰਡਾ ਆਇਆ ਵਾ, ਉਹਨੇ ਮੇਰਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਆ ਅਤੇ ਰੱਬ ਦਾ ਸ਼ੁਕਰ ਆ ਕਿ ਫੋਨ ਮੈਂ ਧਿਆਨ ਨਾਲ ਮਜ਼ਬੂਤੀ ਨਾਲ ਫੜਿਆ ਸੀਗਾ ਅਤੇ ਉਹਦੇ ਹੱਥ ਨਹੀਂ ਲੱਗਾ ਅਤੇ ਉਹਦਾ ਮੈਂ ਪਿੱਛਾ ਕੀਤਾ ਜੀ। ਜਦ ਮੈਂ ਪਿੱਛਾ ਕੀਤਾ, ਦੋ ਅੱਗੇ ਮੋਟਰਸਾਈਕਲ 'ਤੇ ਉਹਦੇ ਹੀ ਸਾਥੀ ਸੀਗੇ। ਮੈਂ ਉਹਨਾਂ ਨੂੰ ਕਹੀ ਜਾਂਦਾ ਕਿ ਆਹ ਫੜਿਓ ਫੜਿਓ, ਚੋਰ ਆ ਚੋਰ ਆ, ਪਰ ਜਦੋਂ ਉਹ ਲੱਗ ਗਏ ਤਾਂ ਉਹਨੂੰ ਫਟਾਫਟ ਮੋਟਰਸਾਈਕਲ 'ਤੇ ਭਾਲ ਕੇ ਲੈ ਗਏ ਆ ਜੀ। ਹਾਂਜੀ, ਫੋਨ ਬਚ ਗਿਆ ਜੀ, ਫੋਨ ਖੋਇਆ ਨਹੀਂ ਆ। ਅਤੇ ਇਹਦੇ ਸੰਬੰਧ 'ਚ ਮੈਂ ਆਪਣੇ SHO ਧਾਰੀਵਾਲ ਸਰਦਾਰ ਸਰਬਜੀਤ ਸਿੰਘ ਉਹਨਾਂ ਨੂੰ ਮੈਂ ਫੋਨ ਕਰਤਾ ਸੀਗਾ, ਉਹਨਾਂ ਨੇ ਉਸੇ ਵੇਲੇ ਆਪਣੀ ਪੁਲਿਸ ਪਾਰਟੀ ਟੀਮ ਭੇਜੀ ਅਤੇ ਉਹ ਜਿਹੜੇ CCTV ਕੈਮਰੇ ਖੰਘਾ ਰਹੇ ਆ। ਅਤੇ ਮੈਂ ਵੀ ਤੁਹਾਨੂੰ ਜਿਹੜੀ CCTV ਕੈਮਰੇ ਦੀ ਫੁਟੇਜ ਆ ਤੁਹਾਨੂੰ ਮੈਂ ਦੇ ਦਿੱਤੀ ਆ ਵੀ ਕਿਸ ਤਰ੍ਹਾਂ ਉਹ ਮੇਰੇ ਫੋਨ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਆ ਅਤੇ ਕਿਸ ਤਰ੍ਹਾਂ ਉਹ ਭੱਜਿਆ ਵਾ, ਜੋ ਜਿੰਨੀ ਕੁ ਨਿਕਲੀ CCTV ਫੁਟੇਜ ਉਹ ਮੈਂ ਦੇ ਦਿੱਤੀ ਆ ਜੀ। ਮੰਗ ਮੈਂ ਇਹੋ ਹੀ ਕਰਦਾ ਜੀ, ਧਾਰੀਵਾਲ 'ਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਲੁੱਟ ਖੋਹ ਅਤੇ ਝਪਟ ਮਾਰ ਦੀਆਂ ਘਟਨਾਵਾਂ ਹੋ ਰਹੀਆਂ ਵਾ ਅਤੇ ਇਹਨਾਂ 'ਤੇ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਵਰਤਣੀ ਚਾਹੀਦੀ ਆ, ਕਿਉਂਕਿ ਲੋਕ ਜਿਹੜੇ ਆ ਆਪਣੇ ਆਪ ਨੂੰ ਮਤਲਬ ਵੀ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਅਤੇ ਸਹਿਮਿਆ ਮਹਿਸੂਸ ਕਰ ਰਹੇ ਆ, ਨਿਕਲਣਾ ਬੜਾ ਔਖਾ ਜੇ ਬਾਹਰ। ਮੈਂ ਮਾਨਯੋਗ SSP ਕੋਲ ਵੀ ਇਹੋ ਹੀ ਮੰਗ ਕਰਦਾ ਜੀ ਕਿ ਇਹ ਜਿਹੜੇ ਆ ਇੱਦਾਂ ਦੇ ਜਿਹੜੇ ਮਾੜੇ ਅੰਸਰ ਆ ਇਹਨਾਂ ਤੋਂ ਸਖਤੀ ਨਾਲ ਨਜਿੱਠਿਆ ਜਾਵੇ ਅਤੇ ਇਹਨਾਂ 'ਤੇ ਕਾਰਵਾਈ ਕੀਤੀ।